ਧਾਲੀਵਾਲ ਸਾਹਿਬ ਚੋਣ ਕਮਿਸ਼ਨ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਰਾਜਾ ਵੜਿੰਗ ਦੇ ਖਿਲਾਫ, ਉਹਦੀ ਉਮੀਦਵਾਰੀ ਹੈ ਜਿਹੜੀ ਉਹ ਵੀ ਰੱਦ ਕਰਨ ਲਈ, ਕੀ ਕਹੋਗੇ? ਜੋ ਕਾਨੂੰਨ ਦੇ ਖਿਲਾਫ ਕਰਦਾ ਹੈ ਉਹਦੇ 'ਤੇ ਐਕਸ਼ਨ ਹੋਣਾ ਚਾਹੀਦਾ, ਕੋਈ ਵੀ ਹੋਵੇ, ਜੋ ਮੁਨਾਸਿਬ ਐਕਸ਼ਨ ਹੈ ਹੋਣਾ ਚਾਹੀਦਾ। ਹਾਂਜੀ, ਮੈਂ ਤਾਂ ਇਹੀ ਜਾਇਜ਼ ਕੀ ਨਜਾਇਜ਼ ਹੈ, ਇਹ ਤਾਂ ਸਭ ਤੋਂ ਵੱਡਾ ਗੁਨਾਹ ਹੈ, ਸਭ ਤੋਂ ਵੱਡੀ ਗਲਤੀ ਹੈ। ਬੱਜਰ ਮਤਲਬ ਜੋ ਇਹ ਸਾਰੀਆਂ ਹੁੰਦੀਆਂ ਇਲੈਕਸ਼ਨ ਦੀਆਂ ਸ਼ਰਤਾਂ, ਉਹਦੀ ਉਲੰਘਣਾ। ਹਾਂਜੀ, ਕਾਂਗਰਸ ਨੇ ਕੀ ਕੀਤਾ ਜੀ? ਮਤਲਬ ਇਸ ਤਰ੍ਹਾਂ ਦਾ ਕਹਿੰਦੇ ਉਹਨਾਂ ਨੂੰ ਕਰਨਾ ਪੈ ਗਿਆ, ਇਸ ਤਰ੍ਹਾਂ ਦੀ ਕੀ ਨੌਬਤ ਆ ਗਈ, ਤੁਹਾਡੀ ਕੀ ਪ੍ਰਤੀਕਿਰਿਆ ਦੇ ਇਹਦੇ ਬਾਰੇ? ਉਹ ਜੀ, ਬੰਦੇ ਉਹਨਾਂ ਨੂੰ ਥਿਆਉਂਦੇ ਨਹੀਂ, ਉਹੀ ਆਉਂਦੇ ਵੀ ਜੇ ਪੈਸੇ ਲੈ ਕੇ ਵੀ ਕੋਈ ਬੰਦੇ ਮਿਲ ਜਾਣ ਜੀ, ਇਹਨਾਂ ਨੂੰ 10 ਵੋਟਾਂ ਹੋਣ, ਤੇ ਇਹ ਵੀ ਤਰੀਕਾ ਵਰਤ ਲਓ। ਬਈ ਜੋ ਕਾਨੂੰਨੀ ਹੈ, ਮੈਂ ਉਹੋ ਜਿਹੀ ਗੱਲ ਨਹੀਂ ਕਰਦਾ ਹੁੰਦਾ, ਜੋ ਕਾਨੂੰਨੀ ਹੈ, ਜੋ ਇਲੈਕਸ਼ਨ ਕਮਿਸ਼ਨ ਸਮਝਦਾ ਹੈ, ਇਨਸਾਫ਼ ਕਰਨਾ ਚਾਹੀਦਾ। ਇਕਬਾਲ ਸਾਹਿਬ, ਇਹ ਗੱਲ ਕਿ ਅਮਨ ਅਰੋੜਾ ਨੇ ਇਲਜ਼ਾਮ ਲਾਇਆ ਕਿ ਭਾਜਪਾ ਵੱਲੋਂ ਜਿਹੜੀ ਤੁਹਾਡੀ ਭਾਈਵਾਲ ਪਾਰਟੀ ਆ ਉਹਦੇ ਵੱਲੋਂ ਸੁਖਪਾਲ ਖਹਿਰਾ ਨੂੰ ਜਿਹੜਾ ਆਪ ਨੂੰ ਤੋੜਨ ਦੇ ਲਈ ਜਿਹੜਾ ਭੇਜਿਆ ਗਿਆ ਸੀ, ਸੁਪਾਰੀ ਦਿੱਤੀ ਗਈ ਹੈ ਕਹਿੰਦੇ? ਇਹ ਮੈਨੂੰ ਨਹੀਂ ਪਤਾ ਜੀ, ਮੈਨੂੰ ਨਹੀਂ ਪਤਾ। ਅੱਛਾ, ਕਿਹਨੇ ਸੁਪਾਰੀ ਦਿੱਤੀ ਹੈ, ਕਿਹਨੇ ਲਈ ਹੈ, ਇਹ ਮੈਨੂੰ ਕੋਈ ਪਤਾ ਨਹੀਂ। ਮੈਂ ਐਵੇਂ ਜਿਹੜੀ ਗੱਲ ਦਾ ਪਤਾ ਨਾ ਹੋਵੇ ਮੈਂ ਕਦੇ ਨਹੀਂ ਗਿਆ। ਚੰਗਾ ਜੀ, ਮੈਂ ਦੇਖੋ ਜੀ, ਵਰਕਰਾਂ ਨੂੰ, ਸਾਡੇ ਵਰਕਰਾਂ ਨੂੰ ਕੋਈ ਲੋੜ ਨਹੀਂ, ਉਹ ਸਭ ਕੁਝ ਜਾਣਦੇ ਆ। ਉਹ ਪ੍ਰਚਾਰ ਕਰਨ ਨਾਲ ਕੋਈ ਬਹੁਤਾ ਨਹੀਂ ਹੁੰਦਾ। ਹੁਣ ਪ੍ਰਚਾਰ ਕੀ ਰਿਹਾ? ਝੂਠ ਬੋਲਣਾ। ਹੁਣ ਅਮਰਿੰਦਰ ਸਿੰਘ ਨੇ ਜੋ ਝੂਠ ਬੋਲਿਆ, ਹੁਣ ਲੋਕਾਂ ਨੂੰ ਪਤਾ ਹੀ ਹੈ ਕਿ ਅਸੀਂ ਜੀ ਸਾਰਿਆਂ ਦੇ ਕਰਜ਼ੇ ਮਾਫ਼ ਕਰ ਦਿਆਂਗੇ, ਅਸੀਂ ਸੱਤਾਂ ਦੇ ਨਾਲ ਨਸ਼ਾ ਬੰਦ ਕਰ ਦਿਆਂਗੇ। ਗੁਟਕੇ 'ਤੇ ਹੱਥ ਰੱਖ ਕੇ ਆਇਆ ਫੋਟੋਆਂ, ਉਹਨਾਂ ਦਾ ਮੈਂ ਗੁਟਕੇ 'ਤੇ ਹੱਥ ਨਹੀਂ ਰੱਖਿਆ। ਹੁਣ ਕੀ ਲੀਡਰਾਂ ਦਾ ਇਤਬਾਰ ਕੀਤਾ ਜਾਵੇ ਕਿ ਜਿਹੜੀ ਗੱਲ ਕਹਿੰਦੇ ਆ ਉਹ ਸਹੀ ਹੈ ਕਿ ਗਲਤ? ਅਸੀਂ, ਮੈਂ ਆਪਣੀ ਜ਼ਿੰਦਗੀ 'ਚ ਕਦੇ ਵੀ ਕੋਈ ਗਲਤ ਅੱਖ ਨਹੀਂ, ਗਲਤ ਜੋ ਕਿਹਾ ਉਹ ਕੀਤਾ ਨਾ। ਹੁਣ ਮੈਂ ਕੋਈ ਗਲਤ ਗੱਲ ਕਹਿੰਦਾ, ਨਾ ਮੈਂ ਕਿਸੇ ਦੇ ਖਿਲਾਫ਼ ਗਲਤ ਇਲਜ਼ਾਮ ਲਾਉਂਦਾ। ਸਭ ਦਾ ਸਤਿਕਾਰ ਕਰਦੇ ਹਾਂ, ਕਿਸੇ ਨਾਲ ਮੇਰੀ ਦੁਸ਼ਮਣੀ ਨਹੀਂ। ਜਿਨ੍ਹਾਂ ਨੇ ਮੇਰਾ ਵੱਡਾ ਨੁਕਸਾਨ ਕੀਤਾ ਉਹਨਾਂ ਦਾ ਮੈਂ ਫਾਇਦਾ ਕੀਤਾ। ਆਲ ਇੰਡੀਆ ਜੀ, ਦੇਖੋ ਇਹ 'ਚ ਕਿਸੇ ਨੂੰ ਸ਼ੱਕ ਨਹੀਂ ਕਿ ਮੋਦੀ ਸਾਹਿਬ ਪ੍ਰਧਾਨ ਬਣਨਗੇ, ਪ੍ਰਧਾਨ ਮੰਤਰੀ ਆਈਵਨ, ਕਿਉਂਕਿ ਲੋਕ ਸਭ ਚੀਜ਼ ਜਾਣਦੇ। ਉਹਨਾਂ ਦੇ ਮੁਕਾਬਲੇ 'ਚ ਹੈ ਕਿਹੜਾ, ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਕਿਹੜਾ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬਹਿ ਕੇ ਦੇਸ਼ ਨੂੰ ਅੱਗੇ ਲਿਜਾ ਸਕਦਾ ਹੈ। ਕੋਈ ਤਜਰਬੇਕਾਰ ਬੰਦਾ, ਕੋਈ ਸਿਆਣਾ ਬੰਦਾ, ਕੋਈ ਡਿਸੀਜਨ ਲੈਣ ਵਾਲਾ ਬੰਦਾ ਕੋਈ ਹੈ? ਕੋਈ ਸਭ ਨੇ ਜਿਵੇਂ ਇੱਕ ਕੀੜੀ ਦਾ ਅਤੇ ਹਾਥੀ ਦਾ ਫਰਕ ਹੈ, ਇੰਨਾ ਫਰਕ ਹੈ। ਦੇਖੋ ਤਜਰਬਾ, ਤੁਸੀਂ ਵੀ ਜਿਹੜਾ ਕੰਮ ਕਰਦੇ, ਤੁਹਾਨੂੰ ਥੋੜ੍ਹਾ ਬਹੁਤ ਤਜਰਬਾ ਤਾਂ ਹੁੰਦਾ ਹੀ ਹੋਣਾ ਨਾ। ਜਿਵੇਂ ਅੱਗੇ ਵੀ ਕਈ ਵਾਰੀ ਦੱਸਿਆ ਕਿ ਗੱਡੀ ਦਾ ਡਰਾਈਵਰ ਹੈ, ਡਰਾਈਵਰ ਨਾ, ਅਤੇ ਇਹਨਾਂ ਨੂੰ ਜਦੋਂ ਚਲਾਉਣ ਤੋਂ ਪਹਿਲਾਂ 4 ਮਤਲਬ ਟੈਸਟ ਲੈਣੇ ਪੈਂਦੇ ਹੈ। ਪਹਿਲਾਂ ਸਭ ਤੋਂ ਲਰਨਰ ਲਾਇਸੈਂਸ ਲੈਣਾ ਪੈਂਦਾ ਕਿ ਇਹਨੂੰ ਸਿੱਖਣ ਦੀ ਇਜਾਜ਼ਤ ਹੈ। ਫਿਰ ਉਹਨਾਂ ਨੂੰ ਲਾਈਟ ਵਹੀਕਲ ਦਾ ਲਾਇਸੈਂਸ ਮਿਲਦਾ ਵੀ ਕਾਰ ਕੂਰ ਚਲਾ ਲਓ। ਫਿਰ ਉਹਨਾਂ ਦਾ ਫਿਰ ਟੈਸਟ ਹੁੰਦਾ, ਫਿਰ ਹੈਵੀ ਗੱਡੀ ਚਲਾਉਣ ਦੀ ਇਜਾਜ਼ਤ ਮਿਲਦੀ ਹੈ। ਫਿਰ ਵੀ ਜਦੋਂ ਲਾਇਸੈਂਸ ਮਿਲਦਾ ਉਦੋਂ ਟੈਸਟ ਹੁੰਦਾ। ਇੱਕ ਗੱਡੀ ਦਾ ਡਰਾਈਵਰ ਵਾਸਤੇ ਜੇ ਇਹ ਜ਼ਰੂਰੀ ਹੈ ਤਾਂ ਪ੍ਰਾਈਮ ਮਿਨਿਸਟਰ ਤਾਂ ਕਿਤੇ ਐਡਮਿਨਿਸਟ੍ਰੇਸ਼ਨ 'ਚ ਉਹਨੇ ਹਿੱਸਾ ਲਿਆ ਹੋਵੇ ਨਾ। ਮੋਦੀ ਸਾਹਿਬ ਕਦੋਂ ਕਰ ਰਹੇ ਚੋਣ ਪ੍ਰਚਾਰ ਲਈ ਪੰਜਾਬ? ਪਤਾ ਨਹੀਂ ਜੀ ਮੈਨੂੰ। ਅੱਛਾ, ਇੱਕ ਕਾਂਗਰਸ ਫੇਰ ਕਹਿ ਰਹੀ ਹੈ ਵੀ ਕੀ
ਚਲੋ ਜੋ ਮਰਜ਼ੀ ਕਹਿਣ ਜੀ ਆਪਾਂ ਹੁਣ ਕਿਉਂ ਆਪਾਂ